ਮੇਰੇ ਹਰਨੀਆ ਸੀ ਅਤੇ ਮੈਂ ਇੱਥੇ ਡਾਕਟਰ ਜਸਪ੍ਰੀਤ ਨੂੰ ਮਿਲੀ ਸਟਾਰ ਹੋਸਪਿਟਲ। ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਹਾਡਾ ਆਪਰੇਸ਼ਨ ਹੋਣਾ। ਜੀ ਸਰਜਰੀ ਕੀਤੀ ਡਾਕਟਰ ਜਸਮੀਤ ਸਿੰਘ ਨੇ। ਮੇਰੀ ਸਰਜਰੀ ਇੰਨੀ ਅੱਛੀ ਹੋਈ ਕਿ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਮੇਰਾ ਨਾਮ ਨਵਨੀਤ ਸ਼ਰਮਾ, ਮੈਂ ਰਾਮਾ ਮੰਡੀ ਤੋਂ ਆਈ ਹਾਂ। ਅਜੀਤ ਵਿਹਾਰ ਵਿੱਚ ਰਹਿੰਦੇ ਅਸੀਂ। ਮੇਰੇ ਹਰਨੀਆ ਸੀ, ਮੈਨੂੰ ਇੱਥੇ ਸਟਾਰ ਹੋਸਪਿਟਲ ਦਾ ਫੈਮਿਲੀ ਡਾਕਟਰ ਨੇ ਦੱਸਿਆ ਸੀ ਅਤੇ ਮੈਂ ਇੱਥੇ ਡਾਕਟਰ ਜਸਪ੍ਰੀਤ ਨੂੰ ਮਿਲੀ ਸਟਾਰ ਹੋਸਪਿਟਲ। ਅਤੇ ਉਹਨਾਂ ਨੇ ਮੈਂ ਆਪਣੀ ਪ੍ਰੋਬਲਮ ਦੱਸੀ ਉਹਨਾਂ ਨੂੰ ਹਰਨੀਆ ਦੀ। ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਹਾਡਾ ਆਪਰੇਸ਼ਨ ਹੋਣਾ। ਉਸ ਤੋਂ ਬਾਅਦ ਮੈਂ ਡਾਕਟਰ ਨੂੰ ਮਿਲਣ ਤੋਂ ਬਾਅਦ ਇਸ ਹੋਸਪਿਟਲ ਆਈ। ਮੇਰੀ ਸਰਜਰੀ ਕੀਤੀ ਡਾਕਟਰ ਜਸਮੀਤ ਸਿੰਘ ਨੇ। ਮੇਰੀ ਸਰਜਰੀ ਇੰਨੀ ਅੱਛੀ ਹੋਈ ਕਿ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਡਾਕਟਰ ਜਸਮੀਤ ਨੂੰ ਸਟਾਰ ਹੋਸਪਿਟਲ ਜ਼ਰੂਰ ਆਓ। ਇੱਕ ਮੈਂ ਹੋਰ ਕਿਸੇ ਹੋਸਪਿਟਲ ਗਈ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਹੈਲਥ ਜ਼ਿਆਦਾ ਆ, ਤੁਹਾਡੀ ਓਪਰੇਸ਼ਨ ਨਹੀਂ ਹੋ ਸਕਦਾ, ਸਰਜਰੀ ਨਹੀਂ ਹੋ ਸਕਦੀ। ਆਫਟਰ ਦੈਟ ਮੈਂ ਡਾਕਟਰ ਜਸਮੀਤ ਨੂੰ ਮਿਲੀ ਅਤੇ ਉਹਨਾਂ ਨੇ ਕਿਹਾ ਕੋਈ ਪ੍ਰੋਬਲਮ ਨਹੀਂ, ਪਰ ਮੇਰੀ ਸਰਜਰੀ ਇੰਨੀ ਅੱਛੀ ਹੋਈ ਹੈ ਕਿ ਮੈਨੂੰ ਕੋਈ ਵੀ ਦਿੱਕਤ ਨਹੀਂ। 3 ਡੇਜ਼ ਬਾਅਦ ਮੈਨੂੰ ਇਹਨਾਂ ਨੇ ਘਰ ਭੇਜ ਦਿੱਤਾ ਸੀ ਅਤੇ ਬਿਲਕੁਲ ਠੀਕ ਆ। ਕਿਸੇ ਨੂੰ ਕੋਈ ਪ੍ਰੋਬਲਮ ਤਾਂ ਜ਼ਰੂਰ ਡਾਕਟਰ ਜਸਮੀਤ ਨੂੰ ਇੱਕ ਵਾਰੀ ਮਿਲੋ।